ਹਿਮਾਚਲ ਦੇ ਪਿੰਡ ਦੇਖੋ, ਛੋਟੀਆਂ ਛੋਟੇ ਰਾਹ ਆ, ਗਰਾਊਂਡ ਦੇਖੋ ਹਿਮਾਚਲ ਵਿੱਚ, ਦੇਖੋ ਐਕਸਰਸਾਈਜ਼ ਕਰ ਰਹੇ ਮੁੰਡੇ। ਇਹ ਪਠਾਨਕੋਟ ਦੇ ਪਠਾਨਕੋਟ ਰੋਡ ਦੇ ਉੱਤੇ ਆ, ਜਦੋਂ ਆਪਾਂ ਧਰਮਸ਼ਾਲਾ ਨੂੰ ਜਾਂਦੇ ਹਾਂ। ਦੇਖੋ ਕਿੰਨਾ ਸ਼ਾਨਦਾਰ ਨਜ਼ਾਰਾ। ਆਹ ਦੇਖੋ ਜੀ ਹਿਰਨਾ, ਜੰਗਲ ਦੇ ਵਿੱਚ ਪੂਰੀ ਫੈਮਿਲੀ ਆ, ਆਹ ਦੇਖ ਸਕਦੇ ਤੁਸੀਂ। ਅੱਜ ਦੇ ਨਵੇਂ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ। ਆਪਾਂ ਡਿਸਟ੍ਰਿਕਟ ਕਾਂਗੜਾ ਹਿਮਾਚਲ ਪ੍ਰਦੇਸ਼ ਘੁੰਮ ਰਹੇ ਹਾਂ ਜੀ, ਅਤੇ ਪਿਛਲੇ ਬਲੌਗ 'ਚ ਤੁਸੀਂ ਦੇਖ ਹੀ ਲਿਆ ਹੋਣਾ, ਸਾਹਮਣੇ ਨਜ਼ਾਰੇ ਦੇਖੋ ਕਿੰਨੇ ਘੈਂਟ ਹੈ, ਚਾਂਦੀ ਵਰਗੀਆਂ ਪਹਾੜੀਆਂ, ਬਹੁਤ ਸ਼ਾਨਦਾਰ ਵਿਊ। ਆਪਾਂ ਇਹ ਪਹਾੜੀਆਂ ਦੇ ਨੇੜੇ ਹੀ ਪਹੁੰਚਣਾ। ਪਿੰਡ ਹੈਗਾ ਦੁਰਗੀਲਾ, ਇਹ ਡਿਸਟ੍ਰਿਕਟ ਕਾਂਗੜਾ ਆ, ਅਤੇ ਤਹਿਸੀਲ ਹੈਗੀ ਸ਼ਾਹਪੁਰ, ਅਤੇ ਆਪਾਂ ਉੱਥੇ ਜਾਣਾ, ਕਾਂਗੜਾ ਹਲਬਲ ਕਰਕੇ ਫੈਕਟਰੀ ਆ। ਇੱਥੇ ਮੈਂ ਨਾ 2012-13 ਵਿੱਚ ਆਇਆ ਸੀ, ਉਦੋਂ ਮੇਰੇ ਸਲੈਪ ਡੈਸਕ ਸੀਗੀ, ਅਤੇ ਇਹਨਾਂ ਕੋਲ ਇੱਥੋਂ ਨਾ ਮੈਡੀਸਨ ਖਾਧੀ ਸੀ ਮੈਂ, ਆਯੁਰਵੈਦਿਕ ਸੀਗੀ, ਅਤੇ ਉਹਦੇ ਨਾਲ ਮੈਂ ਬਿਲਕੁਲ ਠੀਕ ਹੋ ਗਿਆ ਸੀ। ਹੁਣ ਇੱਕ ਬੰਦਾ ਹੋਰ ਹੈ, ਉਹਨਾਂ ਨੂੰ ਉਹਦੇ ਵਾਸਤੇ ਮੈਂ ਦਵਾਈ ਲੈ ਕੇ ਜਾਣੀ ਆ, ਮੈਨੂੰ ਪਤਾ ਸੀ ਵੀ ਇੱਥੇ ਹੈਗੀ ਆ, ਇਸ ਕਰਕੇ ਅਸੀਂ ਇੱਧਰ ਆਏ ਹਾਂ। ਇਹ ਜਿਹੜਾ ਰੋਡ ਆ ਨਾ, ਇਹ ਹੈਗਾ ਜਿਹੜਾ ਆਪਾਂ ਪਠਾਨਕੋਟ ਤੋਂ ਧਰਮਸ਼ਾਲਾ ਨੂੰ ਜਾਈਦਾ, ਉਸ ਰੋਡ ਦੇ ਉੱਤੇ ਇਹ ਪੁਲ ਪੈਂਦਾ ਆ, ਪੁਲ ਤੋਂ ਖੱਬੇ ਪਾਸੇ ਆਪਾਂ ਸੱਜੇ ਪਾਸੇ ਮੁੜ ਗਏ ਹਾਂ। ਆਹ ਦੇਖੋ ਛੋਟਾ ਜਿਹਾ ਲਿੰਕ ਰੋਡ ਹੈ, ਰਿਮੋਟ ਏਰੀਆ, ਇੱਧਰਲੇ ਪਾਸੇ ਆਮ ਲੋਕ ਮੈਨੂੰ ਨਹੀਂ ਲੱਗਦਾ ਸ਼ਾਇਦ ਹੀ ਕੋਈ ਆਉਂਦਾ ਹੋਊਗਾ, ਨਹੀਂ ਤਾਂ ਲੋਕਲ ਰੋਡ ਹੀ ਆ। ਆਹ ਦੇਖੋ ਤੁਸੀਂ ਛੋਟਾ ਜਿਹਾ ਰੋਡ ਹੈ, ਅੱਗੇ ਦਾ ਰੋਡ ਸੜਕ ਕਾਫੀ ਟੁੱਟੀ ਸੀ, ਪਰ ਹੁਣ ਸੜਕਾਂ ਬਹੁਤ ਸੋਹਣੀਆਂ ਬਣੀਆਂ ਹੋਈਆਂ। ਵਿਊ ਦੇਖੋ ਇੱਕ ਵਾਰੀ ਕਿੰਨਾ ਸ਼ਾਨਦਾਰ, ਇੱਧਰਲੇ ਪਾਸੇ ਇੱਕਦਮ ਸਵਰਗ ਲੱਗ ਰਿਹਾ। ਜੁੜੇ ਰਹੋ ਚੈਨਲ ਦੇ ਨਾਲ, ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਤੁਹਾਨੂੰ ਦਿਖਾ ਦੇ ਇੱਕ ਤਾਂ ਉਹ ਫੈਕਟਰੀ, ਅਤੇ ਨਾਲੇ ਉੱਥੇ ਦੇ ਦੇਖਿਓ ਤੁਸੀਂ ਰਾਸਤੇ 'ਚ ਨਦੀ ਦੇ ਵਿੱਚ ਪੱਥਰ ਬਹੁਤ ਵੱਡੇ ਵੱਡੇ, ਇੱਥੋਂ ਦੇਖੋ ਤੁਸੀਂ ਸੜਕ ਦੇ ਸਾਈਡਾਂ 'ਤੇ ਵੀ ਤੁਹਾਨੂੰ ਲੱਗ ਹੀ ਰਿਹਾ ਹੋਣਾ ਵੀ ਪੱਥਰ ਕਾਫੀ ਵੱਡੇ ਆ। ਪਤਾ ਨਹੀਂ ਇਹ ਪਾਸਾ ਕਿੱਦਾਂ ਦਾ ਹੈ ਵੀ ਇੱਧਰ ਪੱਥਰ ਬਹੁਤ ਤਕੜੇ ਤਕੜੇ ਪਏ ਆ, ਵੱਡੇ ਵੱਡੇ ਪੱਥਰ ਪਏ ਆ ਇੱਧਰਲੇ ਪਾਸੇ। ਰੋਡ ਦੇਖੋ ਕਿੰਨਾ ਸੋਹਣਾ, ਰਿਮੋਟ ਏਰੀਆ, ਆ ਦੇਖੋ ਨਾਲ ਦੀ ਨਦੀ ਆ, ਬਿਲਕੁਲ ਸ਼ਾਨਦਾਰ। ਠੰਡੀ ਹਵਾ ਚੱਲ ਰਹੀ, ਬਹੁਤ ਠੰਡੀ ਹਵਾ ਚੱਲ ਰਹੀ ਹੈ ਇਸ ਟਾਈਮ। ਇੱਧਰਲੇ ਪਾਸੇ ਨਾਲ ਹੀ ਪਹਾੜੀ ਜਿਹੜੇ ਹੈਗੇ ਆ, ਬਰਫ਼ ਵਾਲੇ ਪਹਾੜ ਦਿਖਾਈ ਦੇ ਰਹੇ ਮੂਹਰੇ, ਤੁਸੀਂ ਦੇਖ ਹੀ ਸਕਦੇ ਹੋ। ਕਾਂਗੜਾ ਹਰਬਲ ਫੈਕਟਰੀ ਕਾਫੀ ਪੁਰਾਣੀ ਲੱਗੀ ਹੋਈ ਹੈ ਇਹ, ਅਤੇ ਜਾ ਕੇ ਦੇਖਦੇ ਹਾਂ ਹੁਣ ਕੀ ਹਿਸਾਬ ਕਿਤਾਬ ਹੈ, ਕਿਉਂਕਿ ਮੈਂ ਆਇਆ ਵੀ ਬਹੁਤ ਦੇਰ ਬਾਅਦ ਆ। ਹੁਣ ਦੇਖੋ ਕਿੱਥੇ 12-13 ਦੀ ਗੱਲ ਆ, ਉਦੋਂ ਮੈਂ 3-4 ਮਹੀਨੇ ਦਵਾਈ ਖਾਧੀ, ਬਿਲਕੁਲ ਠੀਕ ਹੋ ਗਿਆ ਸੀ। ਹੁਣ ਬਾਕੀ ਜਾ ਕੇ ਦੇਖਦੇ ਹਾਂ। ਵਿਊ ਦੇਖੋ ਤੁਸੀਂ ਕਿੰਨਾ ਸ਼ਾਨਦਾਰ ਹੈ, ਲੋਕਲ ਲੋਕ ਜਿਹੜੇ ਇੱਥੇ ਰਹਿੰਦੇ ਹੋਣਗੇ ਬਿਲਕੁਲ ਸਵਰਗੀ ਹੋਣਗੇ, ਬਿਲਕੁਲ ਫਰੈਸ਼ ਹਵਾ, ਐਨ ਨੈਚੁਰਲ। ਦੇਖੋ ਪੱਥਰ, ਦੇਖੋ ਮੈਂ ਪੱਥਰਾਂ ਦੀ ਗੱਲ ਕਰਦਾ ਸੀ ਨਾ, ਕਾਫੀ ਵੱਡੇ ਵੱਡੇ ਪੱਥਰ ਹੈਗੇ ਇੱਧਰਲੇ ਪਾਸੇ। ਆ ਨਾਲ ਦੀ ਨਦੀ ਆ, ਇਹ ਨਦੀ ਨਾਲ ਨਾਲ ਦੀ ਜਾ ਕੇ ਨਾ ਸਿੱਧੀ ਧਰਮਸ਼ਾਲਾ ਦੇ ਨੇੜੇ ਪਹੁੰਚ ਜਾਂਦੀ ਆ। ਆਹ ਦੇਖੋ ਵਿਊ, ਇੱਥੋਂ ਨਾ ਪੁਲ ਆਪਾਂ ਨਦੀ ਪਾਰ ਕਰਨੀ ਆ ਦੂਏ ਪਾਸੇ। ਆਹ ਛੋਟਾ ਜਿਹਾ ਪਿੰਡ ਹੈ ਜਿਹੜਾ ਦੁਰਗੀਲਾ ਪਿੰਡ, ਅਤੇ ਇਹਦੇ ਵਿੱਚੋਂ ਪਾਰ ਕਰਕੇ ਪਿੰਡ ਪਾਰ ਕਰਕੇ ਜਾਣਾ। ਨਜ਼ਾਰੇ ਦੇਖੋ ਤੁਸੀਂ ਕਿੰਨੇ ਸ਼ਾਨਦਾਰ ਆ, ਜਿਹੜੇ ਲੋਕ ਰਹਿੰਦੇ ਇੱਥੇ ਬਿਲਕੁਲ ਸਵਰਗ ਦੇ ਵਿੱਚ ਹੀ ਆ, ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ। ਇੱਥੋਂ ਆਪਾਂ ਰਾਈਟ ਟਰਨ ਕਰਨਾ, ਆ ਲਓ ਜੀ ਉਹੀ ਨਦੀ ਆਪਾਂ ਕ੍ਰੋਸ ਕਰ ਜਾਣੀ ਆ। ਇਹ ਵੈਸੇ ਪਿੰਡਾਂ ਵਿੱਚ ਦੀ ਹੈ ਨਾ, ਮੂਹਰੇ ਧਰਮਸ਼ਾਲਾ ਰੋਡ ਚੱਲ ਜਾਂਦਾ, ਅਤੇ ਆਪਾਂ ਨੂੰ ਇਹਨਾਂ ਦਾ ਪਤਾ ਨਹੀਂ। ਦੇਖੋ ਪਿੰਡ ਕਿੰਨੇ ਸੋਹਣੇ, ਆ ਪਿੰਡ ਦੇ ਛੋਟੇ ਛੋਟੇ ਰੋਡ, ਘਰ ਬਹੁਤ ਸੋਹਣੇ ਬਣੇ, ਤਰੱਕੀ ਕਾਫੀ ਆ ਹਿਮਾਚਲ 'ਚ, ਅਤੇ ਸ਼ਾਂਤ ਲੋਕ ਆ ਕਾਫੀ। ਦੇਖੋ ਰੋਡ ਦੇਖੋ ਕਿੰਨਾ ਸ਼ਾਨਦਾਰ ਆ, ਦੋਨੇ ਸਾਡੇ ਐਂ ਜੰਗਲ ਪੂਰਾ ਰਸ਼ ਪਿਆ ਹੋਇਆ ਜੰਗਲ ਦਾ ਪੂਰਾ। ਆਹ ਦੇਖੋ ਮੂਹਰੇ ਦੇਖੋ ਵਿਊ, ਬਿਲਕੁਲ ਕੈਨੇਡਾ ਵਰਗਾ ਲੱਗਦਾ ਕਿ ਨਹੀਂ, ਇੱਕਦਮ ਇੱਦਾਂ ਦੀ ਆ ਰੋਡ। ਕੈਨੇਡਾ ਦੇ ਵਿੱਚ ਵੀ ਆਪਾਂ ਜਾਂਦੇ, ਕੈਨੇਡਾ ਨੂੰ ਭੱਜਦੇ ਫਟਾਫਟ। ਆ ਦੇਖ ਲਓ ਤੁਹਾਡੇ ਸਾਹਮਣੇ ਆ, ਆਹ ਕੈਨੇਡਾ ਨਾਲੋਂ ਘੱਟ ਹੈ ਕਿਤੇ, ਇੰਗਲੈਂਡ ਨਾਲੋਂ ਘੱਟ ਹੈ, ਵਧੀਆ ਸਕਾ 'ਤੇ।
ਦੇਖੋ ਇਹ ਵੀ ਲੋਕ ਇੱਦਾਂ ਹੀ ਸ਼ਾਂਤੀ ਨਾਲ ਰਹਿੰਦੇ ਆ, ਨਾ ਕੋਈ ਰੌਲਾ ਨਾ ਕੋਈ ਰੱਪਾ। ਆਹ ਦੇਖੋ ਗੱਡੀਆਂ ਗੁੱਡੀਆਂ ਬਾਹਰ ਹੀ ਖੜੀਆਂ ਖੁੜੀਆਂ ਰਹਿੰਦੀਆਂ ਇਹਨਾਂ ਦੀਆਂ। ਮੂਹਰੇ ਦੇਖੋ, ਦੇਖੋ ਹੈ ਕਿ ਨਹੀਂ ਕਨੇਡਾ ਬਿਲਕੁਲ। ਉੱਚੇ ਉੱਚੇ ਪਹਾੜ, ਬਰਫ਼ ਵਾਲੇ ਉੱਤੇ ਬੱਦਲ ਦੇਖੋ ਤੁਸੀਂ ਕਿੰਨੇ ਸੋਹਣੇ ਲੱਗ ਰਹੇ ਆ। ਛੋਟੇ ਛੋਟੇ ਰੋਡ, ਗੱਡੀ ਨਜ਼ਾਰੇ ਨਾਲ ਜਾਂਦੀ ਦੇਖੋ। ਇੱਦਾਂ ਨਾ ਪਿਛਲੀ ਜਿਹੜੀ ਕਾਂਗੜੇ ਵਾਲੀ ਵੀਡੀਓ ਸੀ ਉਹ ਫਿਰ ਲੰਬੀ ਬਹੁਤ ਹੋ ਜਾਣੀ ਸੀਗੀ, ਇਸ ਕਰਕੇ ਇਹਨਾਂ ਨਾ ਇੱਕ ਛੋਟਾ ਜਿਹਾ ਪਾਰਟ ਮੇਰੇ ਤੋਂ ਰਿਹਾ ਨਹੀਂ ਗਿਆ ਵੀ ਇੰਨਾ ਸੋਹਣਾ ਇਲਾਕਾ ਦੇਖ ਕੇ ਮੈਂ ਕਿਹਾ ਤੁਹਾਨੂੰ ਵੀ ਦਿਖਾਈਏ, ਇਸ ਕਰਕੇ ਇੱਧਰਲੇ ਪਾਸੇ ਆ ਗਿਆ। ਦੇਖੋ ਨਜ਼ਾਰਾ ਇੱਕਦਮ, ਆਹ ਦੇਖੋ ਬਹੁਤ ਸੋਹਣਾ। ਆਹ ਦੇਖੋ ਕਣਕਾਂ ਸਾਈਡਾਂ 'ਤੇ ਵੱਢੀਆਂ ਹੋਈਆਂ ਆ ਅਤੇ ਘਰ ਬਣੇ ਹੋਏ ਆ, ਐਨ ਸ਼ਾਨਦਾਰ। ਦੇਖੋ ਆਪਾਂ ਪਹਾੜਾਂ ਦੇ ਤਕਰੀਬਨ ਨੇੜੇ ਹੀ ਚੱਲ ਜਾਣਾ, ਕੋਲ ਹੀ ਆ ਗਏ ਆਪਾਂ। ਦੇਖੋ ਤੁਹਾਡੇ ਸਾਹਮਣੇ ਹੀ ਆ, ਬਰਫ਼ ਦੇਖੋ ਕਿੰਨੀ ਸੋਹਣੀ ਲੱਗ ਰਹੀ ਆ, ਘਰ ਦੇਖੋ ਕਿੰਨੇ ਸੋਹਣੇ ਸੋਹਣੇ ਬਣੇ ਹੋਏ ਇੱਧਰਲੇ ਪਾਸੇ। ਆਹ ਦੇਖੋ ਕਣਕ, ਆਪਣੇ ਤਾਂ ਆਪਾਂ ਮਈ ਮਹੀਨੇ 'ਚ ਆਏ ਹਾਂ। ਆਹ ਦੇਖੋ ਕਣਕ ਇੱਧਰਲੇ ਪਾਸੇ ਹਜੇ ਖੜ੍ਹੀ ਆ, ਵਾਢੀ ਸ਼ੁਰੂ ਹੋ ਰਹੀ ਆ। ਆਹ ਦੇਖੋ ਆਇਆ ਯਾਦ ਪੁਰਾਣੇ ਪੰਜਾਬ ਦਾ, ਦੇਖੋ ਇੱਦਾਂ ਹੱਥੀਂ ਵੱਢ ਕੇ ਜਮ੍ਹਾਂ ਕਰਦੇ, ਦੇਖ ਬੰਦਾ ਪੱਬ ਕਿੱਦਾਂ ਚੱਕ ਚੱਕ ਕੇ ਤੁਰਦਾ। ਆਹ ਦੇਖੋ ਛੋਟੇ ਛੋਟੇ ਪਿੰਡ ਆ ਯਾਰ, ਛੋਟੀਆਂ ਛੋਟੀਆਂ ਜ਼ਰੂਰਤਾਂ ਇਹਨਾਂ ਦੀਆਂ, ਕੋਈ ਭੱਜ ਦੌੜ ਨਹੀਂ ਹੈ, ਬਸ ਕਣਕ ਆਪਣੇ ਜੋਗੀ ਇਕੱਠੀ ਕਰਦੇ ਆ ਠੀਕ ਠਾਕ। ਆ ਦੇਖੋ ਭਰੀਆਂ ਬੰਨੀਆਂ ਹੋਈਆਂ ਇੱਧਰਲੇ ਪਾਸੇ, ਅਤੇ ਕੋਈ ਐਡੀ ਜ਼ਿਆਦਾ ਵੀ ਨਹੀਂ। ਆ ਦੇਖੋ ਵਾਢੀ, ਜਿਨ੍ਹਾਂ ਦੀ ਕਣਕ ਪੱਕੀ ਜਾਂਦੀ ਆ ਉਹ ਵੱਢੀ ਜਾਂਦੇ ਆ। ਆ ਸਾਈਡਾਂ 'ਤੇ ਦੇਖੋ ਛੋਟੀਆਂ ਛੋਟੀਆਂ ਜ਼ਰੂਰਤਾਂ ਇਹਨਾਂ ਦੀਆਂ। ਆ ਦੇਖੋ ਕਣਕ ਵੱਢ ਹੋ ਗਈ ਆ ਅਤੇ ਇਹਨੇ ਕੋਈ ਬਾਗ ਲਾ ਰਿਹਾ, ਤੂੜੀ ਦੇਖੋ ਕੁਦਰ ਕੇ ਰੱਖੀ ਹੋਈ ਕਣਕ ਚੱਕ ਕੇ ਘਰਾਂ ਨੂੰ ਲੈ ਗਿਆ। ਜੰਗਲ ਦੇਖੋ ਪਾਲੇ ਪਾਸੇ ਕਿੰਨਾ ਸੰਘਣਾ, ਦੇਖੋ ਕਿੰਨੀ ਫਰੈਸ਼ ਆਕਸੀਜਨ ਹੋ ਗਈ। ਸਾਡੇ ਤਾਂ ਇੰਨੀ ਦਿਨ ਹੀ ਪੰਜਾਬ ਦੇ ਵਿੱਚ ਪੂਰੀ ਗਰਮੀ ਪੈਂਦੀ, ਅੱਤ ਦੀ ਗਰਮੀ ਪੈ ਰਹੀ ਆ, ਘਰ ਦੇਖੋ ਕਿੰਨੇ ਸੋਹਣੇ ਲੱਗ ਰਿਹਾ। ਸਭ ਤੋਂ ਮੇਨ ਗੱਲ ਦੇਖੋ ਕਣਕ ਬਿਲਕੁਲ ਦੇਸੀ ਕਣਕ ਹੈ, ਦੇਖੋ ਕਿੰਨੀ ਬੈਲੀ ਆ, ਕੋਈ ਇਹਨਾਂ 'ਚ ਤਮਾ ਨਹੀਂ ਹੈਗੀ, ਕੋਈ ਭੱਜੋ ਭਜਾਈ ਨਹੀਂ, ਬਿਲਕੁਲ ਨੋਰਮਲ ਆਪਣੇ ਖਾਣ ਪੀਣ ਜੋਗਾ ਆਪਣਾ ਕਰਦੇ ਆ ਠੀਕ ਠਾਕ ਆ। ਆਹ ਦੇਖੋ ਮੂਹਰੇ ਫਿਰ ਘਰ ਕਿੰਨੇ ਸੋਹਣੇ ਸੋਹਣੇ ਆ ਗਏ, ਬਿਲਕੁਲ ਸ਼ਾਂਤ ਹੈ, ਕੋਈ ਵੱਡੀਆਂ ਕੰਧਾਂ ਨਹੀਂ, ਕੋਈ ਕੈਮਰੇ ਨਹੀਂ ਲੱਗੇ ਹੋਏ, ਕੋਈ ਚੋਰੀ ਚਕਾਰੀ ਦਾ ਡਰ ਨਹੀਂ ਹੈਗਾ, ਸਾਰਾ ਸਾਫ਼ ਸੁਥਰਾ ਜਿਹਾ ਕੰਮ ਹੈ ਇਹਨਾਂ ਦਾ। ਆਹ ਦੇਖੋ ਇੱਧਰਲੇ ਪਾਸੇ ਵੀ ਲਓ ਜੀ, ਉਹ ਸਾਹਮਣੇ ਆ ਜੀ ਕਾਂਗੜਾ ਹਰਬਲ ਫੈਕਟਰੀ, ਦੇਖੋ ਪਹੁੰਚ ਹੀ ਗਏ ਆਪਾਂ ਨੇੜੇ ਬਸ। ਦੇਖੋ ਜੀ ਬਾਹਰੋਂ ਡਿਜ਼ਾਇਨ ਗੇਟ ਬੰਦ ਪਿਆ ਆ, ਆਹ ਲੱਗਾ ਜੀ ਕਾਂਗੜਾ ਹਰਬਲ ਪ੍ਰਾਈਵੇਟ ਲਿਮਿਟਡ। ਆ ਜੀ ਅੰਦਰੋਂ ਵੀ ਉਹ ਫੈਕਟਰੀ ਫਿਲਹਾਲ ਸ਼ਟ ਡਾਊਨ ਕੀਤੀ ਹੋਈ ਉਹਨਾਂ ਨੇ, ਅਤੇ ਪਰ ਮੈਡੀਸਨ ਆਪਾਂ ਨੂੰ ਮਿਲ ਜਾਏਗੀ, ਕੋਈ ਐਡੀ ਗੱਲ ਨਹੀਂ ਹੈਗੀ। ਉਹ ਕੋਈ ਲੰਬਿਆ ਚੌੜਾ ਉਹਨਾਂ ਦਾ ਹਿਸਾਬ ਕਿਤਾਬ ਹੈ, ਕਹਿੰਦੇ ਅਸੀਂ ਇਹਨੂੰ ਹੋਰ ਵਧਾਉਣ ਲੱਗੇ, ਮੈਨੇਜਰ ਸਾਹਿਬ ਆਪ ਤਾਂ ਨਹੀਂ ਮਿਲੇ, ਫੋਨ 'ਤੇ ਮੇਰੀ ਗੱਲ ਹੋ ਗਈ ਸੀ। ਬਹੁਤ ਸੋਹਣਾ ਅੰਦਰੋਂ ਇਹਨਾਂ ਨੇ ਨੈਚੁਰਲ ਤਰੀਕੇ ਦੇ ਨਾਲ ਹੀ ਸਾਰਾ ਕੁਝ ਸਜਾਇਆ ਹੋਇਆ। ਆਹ ਜਿਹੜੇ ਸਾਹਮਣੇ ਬਿਲਡਿੰਗਾਂ ਨੇ ਇਹਦੇ ਅੰਦਰ, ਇਹਦੇ ਵਿੱਚ ਦੀ ਇੱਕ ਦਰਖਤ ਹੈ, ਪਤਾ ਨਹੀਂ ਹੁਣ ਇਹ ਆ ਕਿ ਕਿਹੜਾ, ਵੈਸੇ ਇੱਥੇ ਲੋਕ ਲੱਗਾ ਨਹੀਂ, ਤੁਹਾਨੂੰ ਮੈਂ ਅੰਦਰੋਂ ਦਿਖਾਉਣਾ ਸੀਗਾ। ਸਾਹਮਣੇ ਦੇਖੋ ਇੱਧਰਲੇ ਪਾਸੇ ਬਾਇਲਰ ਲੱਗਾ ਹੋਇਆ ਇਹਨਾਂ ਦਾ। ਆਹ ਦੇਖੋ ਨੈਚੁਰਲ ਪਾਣੀ ਇਹ ਆਪਣੇ ਆਪ ਪਹਾੜਾਂ 'ਚੋਂ ਆ ਰਿਹਾ। ਇੱਕ ਹੋਰ ਚੀਜ਼ ਤੁਹਾਨੂੰ ਦਿਖਾ ਲਦਾ, ਆਹ ਦਰਖਤ ਦੇਖੋ ਇੱਧਰ ਜੜ੍ਹਾਂ ਆ ਇਹਦੀਆਂ, ਆਹ ਟਾਣਾ ਦੇਖੋ ਇੱਧਰੋਂ ਗਲ ਗਿਆ, ਸ਼ਾਇਦ ਇਹ ਪਹਿਲਾਂ ਥੱਲੇ ਲੱਗਾ ਹੋਊਗਾ ਅਤੇ ਬਾਅਦ 'ਚ ਗਲ ਗੁਲ ਗਿਆ। ਚਲੋ ਇੱਧਰ ਦਿਖਾ ਲਦੇ ਨਦੀ ਦੇ ਵਿੱਚ। ਆਹ ਦੇਖੋ ਜੀ ਰਸਤੇ 'ਚ ਮੰਦਰ, ਗੇਟ ਕਿੰਨਾ ਸੋਹਣਾ ਬਣਿਆ ਹੋਇਆ। ਆਹ ਦੇਖੋ ਇੱਧਰਲਾ ਪਾਸਾ ਵੀ ਦੇਖੋ, ਅਤੇ ਇੱਧਰਲੇ ਪਾਸੇ ਦੇਖੋ ਤੁਸੀਂ ਨੇਚਰਲ ਪਾਣੀ ਆਪਣੇ ਆਪ ਆ ਰਿਹਾ ਸਾਰਾ ਪਾਣੀ। ਆ ਦੇਖੋ ਉੱਪਰੋਂ
ਇੱਧਰ ਵੀ ਪੱਥਰ ਦੇਖੋ, ਇਸ ਏਰੀਏ 'ਚ ਸਾਰੇ ਵੱਡੇ ਵੱਡੇ ਪੱਥਰ ਹੀ ਆ। ਆਹ ਦੇਖੋ ਇੱਧਰ ਵੀ ਪਏ ਆ, ਬਹੁਤ ਸ਼ਾਨਦਾਰ ਨਜ਼ਾਰਾ। ਉਹ ਵੀ ਟਰੱਕ ਆਉਂਦਾ ਉੱਤੋਂ, ਰੋਡ ਬਣਦਾ ਦੇਖੋ। ਹਿਮਾਚਲ 'ਚ ਧੰਨ ਧੰਨ ਕੀਤੀ ਵੀ ਰੋਡਾਂ ਦੀ। ਆਹ ਦੇਖੋ ਸਾਨੂੰ 2 ਘੰਟੇ ਵੱਧ ਲੱਗ ਗਿਆ। ਦੇਖੋ ਟਰੱਕ ਕਿੱਥੋਂ ਆ ਰਿਹਾ, ਥੱਲੇ ਨੂੰ ਉਤਰ ਰਿਹਾ, ਪੂਰੀ ਧੱਕ ਪਾਈ ਆਉਂਦਾ। ਆਹ ਦੇਖੋ ਪਰੇ ਹਟ ਜੀ ਰਾਜੂ, ਪਹਿਲੇ ਉੱਥੋਂ ਰੁਕਣਾ ਵੀ ਹੈ ਨੀ ਗਾ, ਹੈਂ ਪੂਰਾ ਡੇਂਜਰ ਆ। ਆਹ ਦੇਖੋ ਧੰਦਾ ਡਰਾਈਵਰ ਆ ਵੀ। ਗਰਾਊਂਡ ਦੇਖੋ ਹਿਮਾਚਲ ਵਿੱਚ, ਦੇਖੋ ਐਕਸਰਸਾਈਜ਼ ਕਰ ਰਹੇ ਮੁੰਡੇ। ਅਤੇ ਇੱਕ ਚੀਜ਼ ਤੁਹਾਨੂੰ ਹੋਰ ਦਿਖਾ ਦਾਂ, ਇੱਥੇ ਵੀ ਦੇਖੋ ਉਹੀ ਨਦੀ ਜਿਹੜੀ ਪਿੱਛੇ ਪੱਥਰ ਦਿਖਾਏ ਸੀ ਉਹੀ ਨਦੀ ਆ। ਐਡੇ ਐਡੇ ਪੱਥਰ ਇਹਦੇ ਸਾਰੇ ਜਾ ਰਹੇ ਆ, ਨਾਲ ਦੀ ਨਦੀ ਜਾ ਰਹੀ ਹੈ ਇੱਧਰ ਦੀ। ਅਤੇ ਆਹ ਦੇਖੋ ਉਹ ਅੱਗੇ ਦੇਖੋ ਪੱਥਰ, ਆਹ ਏਅਰ ਬੈਲੂਨ। ਜੇ ਕਿਸੇ ਨੇ ਇਹਦਾ ਆਨੰਦ ਲੈਣਾ ਹੋਵੇ ਨਾ, ਇਹ ਪਠਾਨਕੋਟ ਦੇ ਪਠਾਨਕੋਟ ਰੋਡ ਦੇ ਉੱਤੇ ਆ, ਜਦੋਂ ਆਪਾਂ ਧਰਮਸ਼ਾਲਾ ਨੂੰ ਜਾਂਦੇ ਹਾਂ। ਦੇਖੋ ਕਿੰਨਾ ਸ਼ਾਨਦਾਰ ਨਜ਼ਾਰਾ। ਉਹ ਦੇਖੋ ਕੁਛ ਬੰਦੇ ਬੈਠੇ ਆ, ਅੱਗ ਉੱਗ ਬਲਦੀ ਆ ਪਰ ਉਡਾ ਨਹੀਂ ਰਹੇ ਹਜੇ। ਹਿਮਾਚਲ 'ਚ ਹੜੰਬਾ ਮਸ਼ੀਨਾਂ ਹਜੇ ਚੱਲਦੀਆਂ, ਤੁਹਾਨੂੰ ਪਿੱਛੇ ਕਣਕ ਦਿਖਾਈ ਸੀ ਨਾ। ਆਹ ਦੇਖੋ ਆਹ ਜਾ ਰਹੀ ਆ ਕਣਕ, ਕੁਤਰ ਕੇ ਗਈ ਆ ਅਤੇ ਜਾਂ ਕੁਤਰਨ ਜਾ ਰਹੀ ਹੈ। ਲਓ ਜੀ ਸ਼ਾਮ ਹੋ ਗਈ ਆ, ਸੂਰਜ ਛਿਪ ਗਿਆ ਲਗਭਗ, ਅਤੇ ਵੀਡੀਓ ਦੀ ਹੁਣ ਇੱਥੇ ਸਮਾਪਤੀ ਆ। ਅਤੇ ਹੁਣ ਵਾਪਸੀ ਸਾਡੀ, ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਲਾਈਕ ਜ਼ਰੂਰ ਕਰਿਆ ਕਰੋ ਯਾਰ, ਅੰਗੂਠਾ ਹੀ ਦੱਬਣਾ, ਹੋਰ ਤਾਂ ਕੁਛ ਨਹੀਂ ਹੈਗਾ, ਠੀਕ ਹੈ ਜੀ। ਹਾਂ ਇਹ ਜ਼ਰੂਰੀ ਆ, ਥੋੜ੍ਹਾ ਸਾਨੂੰ ਵੀ ਥੋੜ੍ਹਾ ਵਧੀਆ ਲੱਗਦਾ। ਅਤੇ ਚੰਗਾ ਜੀ, ਮਿਲਦੇ ਆ ਕਿਸੇ ਹੋਰ ਬਲੌਗ 'ਚ, ਰੱਬ ਰਾਖਾ, ਬਾਏ ਬਾਏ। ਲਓ ਜੀ ਕਾਂਗੜੇ ਤੋਂ ਆਉਂਦਿਆਂ ਨੇ ਤਾਂ ਅਸੀਂ ਵੀਡੀਓ ਸਮਾਪਤ ਕਰ ਦਿੱਤੀ ਸੀ, ਧਰਮਸ਼ਾਲਾ ਦੇ ਨੇੜਿਓਂ ਮੁੜੇ ਹਾਂ ਅਸੀਂ। ਅਤੇ ਇਸ ਟਾਈਮ ਟਾਈਮ ਹੈਗਾ ਰਾਤ ਦਾ 10:10 ਦਾ। ਆਹ ਤੁਸੀਂ ਜਦੋਂ ਅਸੀਂ ਹੈ ਨਾ ਗਗਰੇਟ ਲੰਘ ਕੇ ਚੌਹਾਲ ਤੋਂ ਪਿੱਛੇ ਹੀ ਆ 3-4 ਕਿਲੋਮੀਟਰ ਉੱਥੇ ਗਏ, ਅਤੇ ਸਾਨੂੰ ਜੰਗਲ ਦੇ ਵਿੱਚ ਹਿਰਨਾਂ ਦਿਸੀਆਂ। ਆਹ ਦੇਖ ਲਓ ਹੁਣ ਤੁਹਾਡੇ ਸਾਹਮਣੇ ਆ, ਆਹ ਦੇਖੋ ਇੱਕ ਹਿਰਨ ਆ ਆ, ਅਤੇ ਹੋਰ ਦਿਖਾ ਦਿੰਦੇ ਤੁਹਾਨੂੰ ਇੱਕ ਆਇਆ। ਆਹ ਦੇਖੋ ਆਹ ਬਹੁਤ ਤਕੜਾ ਹਿਰਨ ਹੈ, ਆਹ ਦੇਖ ਲਓ। ਬਾਰਾਂਸਿੰਘਾ ਨਹੀਂ ਹੈਗੇ ਇਹ ਹਿਰਨਾ, ਇੱਕ ਸਾਂਬਰ ਹੁੰਦੇ ਆ, ਉਹ ਵੀ ਹਿਰਨ ਵਰਗੇ ਹੁੰਦੇ ਉੱਦਾਂ। ਆਹ ਦੇਖ ਲਓ ਤੁਹਾਡੇ ਸਾਹਮਣੇ ਆ। ਆਹ ਲਓ ਜੀ ਜਿਹੜੇ ਲੋਕ ਕਹਿੰਦੇ ਵੀ ਜੰਗਲ ਦੇ ਵਿੱਚ ਜੰਗਲੀ ਜਾਨਵਰ ਨਹੀਂ ਹੈਗੇ, ਉੱਦਾਂ ਹੀ ਕਹੀ ਜਾਂਦੇ ਆ, ਪਰ ਆਹ ਦੇਖ ਲਓ ਸਬੂਤ। ਹੁਣ ਨਹੀਂ ਤੁਸੀਂ ਕਹਿ ਸਕਦੇ ਕਿ ਪੰਜਾਬ ਦੇ ਜੰਗਲਾਂ ਦੇ ਵਿੱਚ ਜੰਗਲੀ ਜਾਨਵਰ ਨਹੀਂ ਹੈਗੇ। ਉਹ 3 ਆ ਯਾਰ, 4 ਆ, 4 ਇੱਕ ਉਹ ਦੇਖੋ ਕੈਮਰੇ 'ਚ ਦਿਖਾਈ ਦੇ ਰਿਹਾ, ਪਰਲੇ ਪਾਸੇ ਇੱਕ ਹੋਰ, ਉਹ ਦੇਖੋ। ਜੇ ਹੁਣ ਜੰਗਲੀ ਜਾਨਵਰਾਂ ਦੇ ਵਿੱਚ ਹਿਰਨਾਂ ਹੈਗੀਆਂ, ਇੱਕ ਉਹ ਦੇਖ 4 ਆ, 2 ਵੱਡੇ ਆ ਅਤੇ 2 ਛੋਟੇ ਆ, ਸ਼ਾਇਦ ਇੱਕ ਪੂਰੀ ਫੈਮਿਲੀ ਆ ਇਹ ਸਾਰੀ। ਹੁਣ ਨਹੀਂ ਕੋਈ ਵੀ ਕਹਿ ਸਕਦਾ ਵੀ ਜੇ ਆਪਾਂ ਨੂੰ ਇਹ ਆਪਣੇ ਪੰਜਾਬ ਦੇ ਜੰਗਲਾਂ ਦੇ ਵਿੱਚ ਹਿਰਨਾਂ ਮਿਲ ਰਹੀਆਂ ਨਾ, ਤਾਂ ਜਿਹੜੇ ਚੀਤੇ ਜਾਂ ਲੈਪਰਡ ਵਗੈਰਾ ਇਹ ਜ਼ਰੂਰ ਹੋਣਗੇ, ਇਹ ਪ੍ਰੂਫ ਹੈ ਜੀ ਤੁਹਾਡੇ ਕੋਲ।